ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਗਾਣਾ ਕਾਫੀ ਵਾਇਰਲ ਹੋ ਰਿਹਾ, ਸਾਗਰ ਦੀ ਵੋਟੀ ਲੈ ਇੰਡਿਕਾ ਚਲਾ। ਤੁਹਾਨੂੰ ਦੱਸਦੇ ਹਰ ਇੱਕ ਪੰਜਾਬੀ ਦੇ ਜਬਾਨ ਦੇ ਵਿੱਚ ਜਿਹੜਾ ਇੱਕ ਗਾਣਾ ਸਾਰੇ ਗਾ ਰਹੇ ਨੇ, ਅਤੇ ਹਰ ਇੱਕ ਬੋਲੀਵੁੱਡ ਦੀ ਜਿਹੜੀ ਸਟਾਰ ਨੇ, ਚਾਹੇ ਕੋਈ ਵੀ ਸਿੰਗਰ ਹੋਵੇ, ਉਹ ਪੰਜਾਬੀ ਸਿੰਗਰ ਹੋਵੇ, ਹਰ ਇੱਕ ਜਿਹੜਾ ਇਸ ਗਾਣੇ ਦੀ ਜਿਹੜੀ ਆ ਉਹ ਰੀਲ ਪਾ ਰਿਹਾ ਸੋਸ਼ਲ ਮੀਡੀਆ ਦੇ ਵਿੱਚ। ਅਤੇ ਅੱਜ ਅਸੀਂ ਉਸ ਜੋੜੀ ਦੇ ਕੋਲ ਪਹੁੰਚ ਗਏ ਨੇ, ਸਾਗਰ ਜੀ ਸ਼ੰਮੀ ਜਿਹਨਾਂ ਵੱਲੋਂ ਜਿਹੜਾ 2005 ਵਿੱਚ ਜਿਹੜਾ ਗਾਣਾ ਗਾਇਆ ਗਿਆ ਸੀਗਾ, ਅਤੇ ਅੱਜ ਪਰ ਜਿਹੜਾ ਕਾਫੀ ਜਿਹੜਾ ਗਾਣਾ ਉਹ ਟ੍ਰੈਂਡਿੰਗ 'ਤੇ ਹੋ ਰਿਹਾ, ਅਸੀਂ ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਮੈਡਮ ਆਪਾਂ ਇਸ ਪੂਰੇ ਇੰਟਰਵਿਊ ਦੀ ਸ਼ੁਰੂਆਤ ਹੀ ਉਸ ਗਾਣੇ ਤੋਂ ਕਰਦੇ ਹਾਂ, ਕਿਉਂਕਿ 2005 'ਤੇ ਗਾਣਾ ਆਇਆ ਸੀਗਾ, ਪਰ ਅੱਜ ਉਹ ਗਾਣਾ ਹਰ ਇੱਕ ਪੰਜਾਬੀ ਦੀ ਜ਼ੁਬਾਨ 'ਤੇ ਉਹ ਗਾਣਾ ਹੈਗਾ। ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ, ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ, ਇਮੀਜੇਟਲੀ ਇਹ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ, ਇਮੀਜੇਟਲੀ ਇਹ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ। ਬਸ ਜੀ ਇੰਨਾ ਹੀ ਬੜਾ ਉਹ ਹੈਗਾ ਸੀ। ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ, ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ, ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ, ਸੱਜੇ ਪੈਰ ਨਾਲ ਮਾਰ ਦੇ ਬਰੇਕ, ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ, ਸੱਜੇ ਪੈਰ ਨਾਲ ਮਾਰ ਦੇ ਬਰੇ। ਸਾਗਰ ਜੀ 2005 'ਤੇ ਇਹ ਗਾਣਾ ਆਇਆ ਸੀਗਾ, ਅਤੇ ਕਿਸ ਤਰ੍ਹਾਂ ਤੁਹਾਨੂੰ ਆਈਡੀਆ ਕਿ ਇਸ ਤਰ੍ਹਾਂ ਦਾ ਕੋਈ ਗਾਣਾ ਗਾਣਾ ਚਾਹੀਦਾ, ਕਿਉਂਕਿ ਅੱਜ ਇਹ ਗਾਣਾ ਕਾਫੀ ਵਾਇਰਲ ਹੋ ਰਿਹਾ, ਹਰ ਇੱਕ ਪੰਜਾਬੀ ਸਿੰਗਰ ਤੁਹਾਡਾ ਰੀਲ ਗਾ ਰਹੇ ਨੇ। ਸਰ ਮੈਂ ਰਾਈਟਰ ਹਾਂ ਜੀ, ਪਰਮਾਤਮਾ ਨੇ ਮੈਨੂੰ ਬਹੁਤ ਵੱਡੀ ਕਲਮ ਦਿੱਤੀ ਹੋਈ ਆ, ਮੈਂ ਬਹੁਤ ਡੂੰਘਾ ਲਿਖ ਲੈਂਦਾ, ਲੇਕਿਨ ਚਲੋ ਇਹਨੂੰ ਇਸ ਲਾਈਨ ਨੂੰ ਇਸ ਕਰਕੇ ਡਿਊਟ ਨੂੰ ਪਹਿਲ ਦਿੱਤੀ ਵੀ ਪੰਜਾਬੀ ਗਾਇਕੀ ਦਾ ਜਿਹੜਾ 90% ਭਾਗ ਹੈ ਨਾ, 90% ਹਿੱਸਾ ਜਾਂ 99 ਮੈਂ ਤਾਂ ਕਹਿੰਦਾ, ਉਹ ਪੰਜਾਬੀ ਡਿਊਟ ਗਾਇਕੀ ਆ, ਅਤੇ ਡਿਊਟ ਗਾਇਕੀ ਨੂੰ ਪਹਿਲ ਦਿੱਤੀ, ਇਸ ਕਰਕੇ ਉਹ ਜਿਹੜਾ ਡੂੰਘਾ ਲਿਖਣਾ ਉਹ ਕੁਛ ਹੋਰ ਚੀਜ਼ਾਂ ਹੁੰਦੀਆਂ ਨੇ, ਅਤੇ ਮਨੁੱਖਤਾ 'ਤੇ ਲਿਖਣਾ, ਇਨਸਾਨੀਅਤ 'ਤੇ ਲਿਖਣਾ, ਪਰਮਾਤਮਾ 'ਤੇ ਲਿਖਣਾ ਉਹ ਬਹੁਤ ਕੁਛ ਹੋਰ ਹੈ। ਇਹ ਜਿਹੜਾ ਪੰਜਾਬੀ ਡਿਊਟ ਹੈ ਇਹ ਮੇਲ ਫੀਮੇਲ ਗੱਭਰੂ ਮੁਟਿਆਰ ਦੀ ਨੋਕ ਚੋਕ ਹੁੰਦੀ ਆ, ਸਵਾਲ ਜਵਾਬ ਹੁੰਦੇ ਨੇ, ਅਤੇ ਆਪਸ ਦੇ ਵਿੱਚ ਨਿੱਕੇ ਨਿੱਕੇ ਮਿੱਠੇ ਮਿੱਠੇ ਝਗੜੇ ਹੁੰਦੇ ਨੇ, ਰੋਸੇ ਹੁੰਦੇ ਨੇ, ਅਤੇ ਰਿਸ਼ਤੇ ਜਿਹੜੇ ਪੰਜਾਬੀ ਰਿਸ਼ਤੇ ਨੇ ਜਿਵੇਂ ਦਿਓਰ ਭਾਬੀ, ਜੇਠ ਭਾਬੀ, ਜੀਜਾ ਸਾਲੀ, ਅਤੇ ਉਹ ਰਿਸ਼ਤਿਆਂ ਦਾ ਇਹਦੇ ਵਿੱਚ ਬੜਾ ਪਿਛਲੇ  70-80-90 ਸਾਲ ਤੋਂ 100 ਸਾਲ ਤੋਂ ਉਹ ਪੰਜਾਬੀ ਡਿਊਟ ਦੇ ਵਿੱਚ ਜ਼ਿਕਰ ਕੀਤਾ ਜਾਂਦਾ। ਅਤੇ ਮੈਂ ਜਦੋਂ ਦਾ ਮੈਂ 23-24 ਸਾਲ ਤੋਂ ਜਦੋਂ ਦਾ ਮੈਂ ਜਿੱਥੇ ਵੀ ਰਿਸ਼ਤਿਆਂ ਦੀ ਗੱਲ ਕੀਤੀ ਆ, ਮੈਂ ਬੜੀ ਪਵਿੱਤਰਤਾ ਨਾਲ, ਜਿੱਥੇ ਵੱਡੀ ਭਾਬੀ ਦੀ ਗੱਲ ਆਈ ਉੱਥੇ ਉਹਨੂੰ ਮਾਂ ਦਾ ਦਰਜਾ ਦਿੱਤਾ, ਜਿੱਥੇ ਛੋਟੀ ਭਾਬੀ ਦੀ ਗੱਲ ਆਈ ਉਹਨੂੰ ਧੀਆਂ ਵਰਗਾ ਮਾਣ ਦਿੱਤਾ, ਛੋਟੀਆਂ ਸਾਲੀਆਂ ਨੂੰ ਬੱਚਿਆਂ ਵਰਗਾ, ਧੀਆਂ ਵਰਗਾ ਛੋਟੀਆਂ ਭੈਣਾਂ ਵਾਲਾ ਪਿਆਰ ਦਿੱਤਾ। ਅਤੇ ਉਹ ਨੋਕ ਝੋਕ ਜਿਹੜੀ ਆ ਉਹ ਆਪਣੀ ਜਗ੍ਹਾ, ਆਪਾਂ ਜੀਜਾ ਜੀ ਕਹਿ ਕੇ ਮਜ਼ਾਕ ਕਰਦੇ ਹਾਂ ਨਾ, ਉਹਦੇ ਵਿੱਚ ਗਲਤ ਕੀ ਆ, ਉਹਦੇ 'ਚ ਕੁਛ ਡਬਲ ਮੀਨਿੰਗ ਨਹੀਂ, ਕੁਛ ਗਲਤ ਨਹੀਂ ਆ। ਅਤੇ ਬਸ 23-24 ਸਾਲ ਹੋ ਗਏ ਨੇ ਜੀ ਜਿਉਂ ਸ਼ੁਰੂ ਹੋਏ ਹਾਂ, ਅਤੇ ਸੇਵਾ ਕਰਦੇ ਆ ਰਹੇ ਜੀ ਪੰਜਾਬੀ ਜ਼ੁਬਾਨ ਦੀ, ਆਪਣੀ ਮਾਂ ਬੋਲੀ। ਸਾਗਰ ਸ਼ੰਮੀ ਜੀ ਪਹਿਲੀ ਵਾਰ ਤੁਸੀਂ ਕਦੋਂ ਮੁਲਾਕਾਤ ਹੋਈ ਸੀਗੀ, ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਤੇ ਸ਼ੰਮੀ ਜੀ? ਮੈਂ ਆਹ 2-4 ਦਿਨਾਂ ਤੋਂ ਰੈਗੂਲਰ ਸਾਰੇ ਚੈਨਲਾਂ ਨੂੰ ਦੱਸ ਹੀ ਰਿਹਾ ਜੀ ਵੀ ਇਹ ਸਨ 97 ਦੇ ਵਿੱਚ, 97 ਤੋਂ ਕੋਈ ਮਹੀਨਾ 2 ਮਹੀਨੇ ਪਹਿਲਾਂ 96 ਦਾ ਅੱਧ ਸੀਗਾ, ਅਤੇ ਇਹਨਾਂ ਦੇ ਨਗਰ ਪੇਕਾ ਪਿੰਡ ਓਡਰ ਮੈਂ ਮੇਲਾ ਕਰਨ ਗਿਆ ਸੀ, ਮੈਂ ਗਾਉਂਦਾ ਸੀਗਾ ਅਤੇ ਮੇਲਾ ਕਰਨ ਗਿਆ, ਮੇਰੀਆਂ 2 ਕੁ ਟੇਪਾਂ ਦੀ ਹਾਜ਼ਰੀ ਲੱਗੀ ਸੀ ਮਾਰਕੀਟ 'ਚ, ਅਤੇ ਵਧੀਆ ਹਾਜ਼ਰੀ ਲੱਗੀ ਸੀ, ਇੱਦਾਂ ਹੀ ਹਿੱਟ ਸੀ ਉਹ, ਅਤੇ ਮੈਂ ਮੇਲਾ ਕਰਨ ਗਿਆ ਗਾਉਣ ਗਿਆ। ਇਸ ਸਟੇਜ 'ਤੇ ਆਏ ਪੜ੍ਹਦੇ ਸੀਗੇ, 8ਵੀਂ 9ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ, ਸਕੂਲ ਦੀ ਵਰਦੀ ਇਹਨਾਂ ਪਾਈ ਸੀ, ਅਤੇ ਸਟੇਜ 'ਤੇ ਆ ਗਏ ਥੋੜ੍ਹੇ ਪੈਸੇ ਦੇਣ, ਅਤੇ ਸਕੂਲ ਦੀ ਵਰਦੀ ਪਾਈ ਉਹ ਝੋਲਾ ਝਾਲਾ ਆਪਣੇ ਕਿਤਾਬਾਂ ਵਾਲਾ,
ਕਲਮ ਦਵਾ ਤੋਂ ਗਲ ਝੋਲਾ ਪਾਇਆ, ਉਹ ਲੂੰਡੇ ਕੀਤੇ ਸਕੂਲ ਵਾਲੇ, ਸਕੂਲ ਵਾਲੀ ਵਰਦੀ, ਉਹ ਸਟੇਜ 'ਤੇ ਆਏ ਅਤੇ ਇਹਨਾਂ ਦੀ ਮਾਤਾ ਨਾਲ, ਅਤੇ ਉਹਨਾਂ ਕਿਹਾ ਵੀ ਬੇਟਾ ਪੁੱਤ ਇਹ ਬੱਚੇ ਨੇ ਗਾਣਾ ਗਾਉਣਾ। ਮੈਂ ਕਿਹਾ ਜੀ ਕੀ ਗਾਓਗੇ? ਕਹਿੰਦੇ ਜੀ ਤੁਹਾਡਾ ਹੀ ਗਾਣਾ। ਮੈਂ ਕਿਹਾ ਮੇਰਾ ਕਿਹੜਾ? ਕਹਿੰਦੇ ਜੀ ਤੁਹਾਡੀਆਂ ਦੋ ਟੇਪਾਂ ਆਈਆਂ ਨੇ, ਉਹ ਜਿੰਨੇ ਵੀ ਉਹਦੇ 'ਚ 12 13 14 15 ਜਿੰਨੇ ਗਾਣੇ ਉਹ ਸਾਰੇ ਆਉਂਦੇ ਆ, ਉਹ ਇੱਕ ਇਹਨਾਂ ਨੇ ਨਿੱਕਾ ਜਿਹਾ ਗਾਣਾ, ਉਹ ਅਮਲੀ ਵਾਲਾ ਕੋਈ ਸ਼ਰਾਰਤ ਸੀਗੀ, ਉਹ ਇਹਨਾਂ ਨੇ ਮੇਰੇ ਨਾਲ ਆਪਾਂ ਗਾਇਆ। ਔਰ ਉੱਥੇ ਜਿਹੜੇ ਸਰੋਤੇ ਸੀ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੇ ਇਲਾਕੇ ਵਾਲੇ, ਉਹਨਾਂ ਨੇ ਇੱਕ ਭਵਿੱਖ ਬਾਣੀ ਵੀ ਜੇ ਕਿਤੇ, ਮਤਲਬ ਉਹਨਾਂ ਪਿਆਰ ਉਤਸ਼ਾਹ ਵੀ ਜੇ ਕਿਤੇ ਆਹ ਦੋਵੇਂ ਆਵਾਜ਼ਾਂ ਇਕੱਠੀਆਂ ਹੋ ਜਾਣ ਤਾਂ ਪਰਮਾਤਮਾ ਪਤਾ ਨਹੀਂ ਕੀ ਕਰੇ। ਉਹ ਸਮਝੋ ਕਿ ਉਹਨਾਂ ਦੇ ਜਿਹੜੀ ਹਿਰਦਿਆਂ 'ਚੋਂ ਨਿਕਲੀ ਗੱਲ, ਉਹਨਾਂ ਦੀਆਂ ਜੀਭਾਂ ਪਵਿੱਤਰ ਜੀਭਾਂ 'ਚੋਂ ਨਿਕਲੀ ਗੱਲ, ਉਹ ਪਰਮਾਤਮਾ ਨੇ ਜਿਹੜੇ ਸੰਜੋਗ ਸੀ ਉਹ ਮੀਆਂ ਬੀਵੀ ਦੇ, ਉਹ ਤਾਂ ਧੁਰੋਂ ਲਿਖੇ ਹੁੰਦੇ ਆ, ਸਾਫ ਸਭ ਦੇ ਲਿਖੇ ਹੁੰਦੇ, ਮੇਰੇ ਵੱਖਰੇ ਥੋੜ੍ਹੀ ਕੋਈ ਲਿਖੇ, ਤੁਹਾਡੇ ਵੀ ਸਭ ਦੇ ਲਿਖੇ, ਅਤੇ ਉਹ ਪਰਮਾਤਮਾ ਨੇ ਸੰਜੋਗ ਲਿਖੇ ਸੀ ਅਤੇ ਉੱਥੇ ਸਟੇਜ 'ਤੇ ਮੇਲ ਹੋ ਗਿਆ, ਅਤੇ ਅੱਜ ਤੱਕ ਪੰਜਾਬੀ ਜ਼ਬਾਨ ਦੀ, ਪੰਜਾਬੀ ਕਲਚਰ ਦੀ ਸੇਵਾ ਕਰ ਰਹੇ ਹਾਂ ਜੀ। ਬਸ ਸਰ 2005 'ਤੇ ਇਹ ਗਾਣਾ ਆਇਆ ਸੀਗਾ ਅਤੇ ਹੁਣ 19 ਸਾਲ ਬਾਅਦ ਗਾਣਾ ਇੰਨਾ ਫੇਮਸ ਹੋ ਗਿਆ, ਹਰ ਇੱਕ ਬੋਲੀਵੁੱਡ ਜਿਹੜਾ ਬੋਲੀਵੁੱਡ ਸਿੰਗਰ ਉਹ ਰੀਲ ਪਾ ਰਿਹਾ ਵਾ, ਅਤੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ? ਕਦੇ ਸੋਚਿਆ ਵੀ ਸੀਗਾ ਕਿ 19 ਸਾਲ ਬਾਅਦ ਜਿਹੜਾ ਗਾਣਾ ਜਿਹੜਾ ਤੁਹਾਡਾ ਵੱਲੋਂ ਗਾਇਆ ਗਿਆ ਸੀ ਉਹ ਸੁਪਰ ਡੁਪਰ ਹਿੱਟ ਹੋਵੇਗਾ? ਲਾਜ਼ਮੀ ਹੋਏਗਾ ਜੀ, ਮਤਲਬ ਜਦੋਂ ਚੰਗਾ ਕੰਮ ਕੀਤਾ ਹੋਵੇ, ਚੰਗਾ ਕੰਮ ਕੀਤਾ ਹੋਵੇ, ਉਹਦੀ ਮਨਿਆਦ ਹੋਵੇ, ਅਤੇ ਉਹ ਅੱਜ ਵੀ ਹਿੱਟਿਆ, ਕੱਲ੍ਹ ਵੀ ਹਿੱਟਿਆ, ਉਹ ਸਦਾ ਹੀ ਜੇ 4 ਦਿਨ ਆਪਾਂ ਉਹ ਰੀਲ ਸਾਂਭ ਕੇ ਰੱਖਾਂਗੇ, ਮਤਲਬ ਕੋਈ ਕੰਮ ਦੀ, ਕੋਈ ਚੰਗੇ ਕੰਮ, ਚੰਗੀ ਕਿਤਾਬ ਸਾਂਭ ਕੇ ਰੱਖਦੇ ਹਾਂ, ਜਦੋਂ ਗਾਂਹ ਤੁਹਾਡੇ ਬੱਚੇ ਵੱਡੇ ਹੋਣਗੇ ਤੁਸੀਂ ਉਹ ਕਿਤਾਬ ਉਹਨਾਂ ਨੂੰ ਦਿਓਗੇ, ਗਾਂਹ ਉਹਨਾਂ ਦੇ ਬੱਚੇ ਵੱਡੇ ਹੋਣਗੇ ਉਹ ਕਿਤਾਬ ਉਹਨਾਂ ਨੂੰ ਦਿਓਗੇ। ਉਹ ਤਾਂ ਇੱਕ ਚੰਗੀਆਂ ਚੀਜ਼ਾਂ ਜਿਹੜੀਆਂ ਕੋਈ ਸਿੰਗਰ ਗਾ ਦਿੰਦਾ, ਕੋਈ ਲਿਖਣ ਵਾਲਾ ਲਿਖ ਦਿੰਦਾ, ਉਹ ਜਿੰਨਾ ਚਿਰ ਦੁਨੀਆ ਰਹੂਗੀ ਉਹ ਤਾਂ ਵਾਰ ਵਾਰ ਹਿੱਟ ਹੁੰਦੀ ਰਹੂਗੀ ਜੀ, ਅਤੇ ਇਸ ਚੀਜ਼ ਦਾ ਮਾਣ ਬਹੁਤ ਜ਼ਿਆਦਾ ਜੀ। ਪੰਜਾਬੀਆਂ ਨੇ ਸਾਨੂੰ ਗਰੀਬਾਂ ਨੂੰ ਇੰਨਾ ਪਿਆਰ ਦਿੱਤਾ, ਮੈਂ ਵਾਰ ਵਾਰ ਉਹ ਗੱਲ ਕਹਿੰਦਾ ਕਿ ਪੰਜਾਬੀ ਸਰੋਤਿਆਂ ਦੇ, ਮੈਨੂੰ ਗਰੀਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਕਦਮਾਂ 'ਚ ਸਿਰ ਰੱਖ ਕੇ, ਉਹਨਾਂ ਦੀਆਂ ਜੁੱਤੀਆਂ 'ਤੇ ਸਿਰ ਰੱਖ ਕੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਜੀ, ਜਿੰਨਾ ਪਿਆਰ ਉਹਨਾਂ ਨੇ ਮੈਨੂੰ ਗਰੀਬ ਨੂੰ ਬਖਸ਼ਿਆ, ਸਾਨੂੰ ਬਖਸ਼ਿਆ, ਅਤੇ ਜਿਹੜਾ ਉਹਦੇ ਵਿੱਚ ਕਲਾਕਾਰ, ਜਿਹੜੇ ਸਾਡਾ ਸਿੰਗਰ ਭਾਈਚਾਰਾ, ਵੱਡੇ ਵੱਡੇ ਨਾਮ, ਜਿਹੜੇ ਬੇਟੀਆਂ ਜਿਹੜੀਆਂ ਨੇ ਜੰਗ ਬਲੱਡ, ਜਿਹੜੀਆਂ ਜੰਗ ਬੇਟੀਆਂ ਨੇ ਸਾਡੀਆਂ, ਭੈਣਾਂ ਮੇਰੀਆਂ ਛੋਟੀਆਂ, ਜਿਹੜਾ ਉਹ ਜਿਵੇਂ ਨਿਮਰਤ ਜੀ, ਉਹ ਬਾਨੀ, ਉਹਨਾਂ ਦਾ ਕੀ ਸ਼ੁਭ ਨਾਮ ਹੈ, ਬਾਨੀ ਸੰਧੂ ਜੀ, ਸੰਧੂ ਜੀ, ਅਤੇ ਉਹ ਵੱਡੇ ਵੱਡੇ ਜਿਹੜੇ ਨਾਮ ਨੇ, ਭਾਰਤੀ ਜੀ, ਉਹ ਫਿਲਮ ਇੰਡਸਟਰੀ ਦੇ ਜਿਹੜੇ ਉਹ ਨਾਮ ਨੇ, ਉਹ ਸਰ ਉਹ ਜੇ ਮੈਨੂੰ ਗਰੀਬ ਨੂੰ ਉਹ ਜੇ ਰੀਲਾਂ ਬਣਾ ਰਹੇ, ਉਹਨਾਂ ਨੂੰ ਕੋਈ ਮਜਬੂਰੀ ਥੋੜ੍ਹੀ ਆ, ਇਹ ਤਾਂ ਉਹਨਾਂ ਦਾ ਵੱਡਾ ਪਾਣ ਹੈ, ਉਹ ਵੱਡੇ ਲੋਕ ਨੇ, ਉਹਨਾਂ ਦੀ ਵੱਡੀ ਸੋਚ ਹੈ, ਵੱਡੇ ਹਿਰਦੇ ਆ ਉਹਨਾਂ ਦੇ, ਅਤੇ ਉਹ ਸਾਨੂੰ ਵੀ ਨਾਲ ਰਲਾ ਕੇ ਚੱਲਦੇ ਨੇ, ਉਹਦੇ ਵਿੱਚ ਕੋਈ ਮਾਣ ਵਾਲੀ, ਹੰਕਾਰ ਵਾਲੀ ਤਾਂ ਗੱਲ ਨਹੀਂ ਹੋਈ, ਅਤੇ ਉਹ ਉਹਨਾਂ ਦਾ ਵੱਡਾ ਪਾਣ ਹੈ, ਉਹ ਸਾਨੂੰ ਵੀ ਨਾਲ ਲਿਆ ਕੇ ਚੱਲਦੇ। 1997 ਵਿੱਚ ਤੁਹਾਡੀ ਜਿਹੜੀ ਜੋ ਕਿਹਾ ਜਾ ਪਹਿਲੀ ਐਲਬਮ ਆਈ ਸੀਗੀ, ਹੁਣ ਤੱਕ 150 ਦਾ ਟੇਪਾ ਤੁਸੀਂ ਕਰ ਚੁੱਕੇ ਹੋ, 1500 ਤੋਂ ਬਾਅਦ ਤੁਹਾਡੇ ਗਾਣੇ ਵੀ ਆ ਚੁੱਕੇ ਹੋਏ, ਅਤੇ ਅੱਜ ਕੱਲ੍ਹ ਦੀ ਗਾਇਕੀ ਵਿੱਚ ਤੁਸੀਂ ਵੇਖਦੇ ਕਿੰਨਾ ਕੁ ਫਰਕ ਆ ਚੁੱਕਾ, ਪਹਿਲੇ ਦੇ ਟਾਈਮ 'ਤੇ ਅਤੇ ਹੁਣ ਦੇ ਟਾਈਮ 'ਤੇ ਕਿੰਨਾ ਕੁ ਫਰਕ ਆ ਚੁੱਕਾ, ਕੀ ਤੁਸੀਂ ਵੇਖਦੇ, ਕਿਉਂਕਿ ਤੁਸੀਂ ਕਾਫੀ ਐਕਸਪੀਰੀਅੰਸ ਇਸ ਫੀਲਡ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ? ਜਿਹੜੇ ਲੋਕ ਸਾਡੇ ਤੋਂ ਪਹਿਲਾਂ ਗਾਉਂਦੇ ਸੀ 10-20-50 ਸਾਲ ਪਹਿਲਾਂ, ਜਾਂ ਸਾਡੇ ਬਰਾਬਰ ਦੇ ਟਾਈਮ 'ਚ, ਉਹ ਸਾਰੇ ਹੀ ਲੋਕ ਮੇਰੇ ਨਾਲੋਂ ਚੰਗਾ ਹੀ ਲਿਖਦੇ ਸੀ, ਮੇਰੇ ਨਾਲੋਂ ਚੰਗਾ ਹੀ ਗਾਉਂਦੇ ਸੀ। ਜਿਹੜੇ ਲੋਕ ਹੁਣ ਉਹ ਸਾਡੇ ਜਿਹੜੇ ਸਾਡੇ ਤੋਂ ਪਹਿਲਾਂ ਗਾਉਂਦੇ ਸੀ ਜਾਂ ਲਿਖਦੇ ਸੀ, ਉਹ ਸਾਡੇ ਮਾਪਿਆਂ ਵਰਗੇ ਸੀ, ਸਾਡੇ ਉਹ ਰੱਬ ਰੂਪ, ਸਾਡੇ ਗੁਰੂਆਂ ਵਰਗੇ ਸੀ, ਉਹਨਾਂ ਵੱਲ ਵੇਖ ਵੇਖ ਕੇ ਸਿੱਖਿਆ ਔਰ ਗਾਣਾ ਸ਼ੁਰੂ ਕੀਤਾ। ਔਰ ਜਿਹੜੇ ਹੁਣ ਬੱਚੇ ਨੌਜਵਾਨ, ਜਿਹੜੇ ਸਾਡੇ ਛੋਟੇ ਭੈਣ ਭਰਾ ਨੇ, ਉਹ ਨਵਾਂ ਖੂਨ ਆ,
ਉਹਨਾਂ ਦਾ ਜੰਗ ਆਵਾਜ਼ ਆ ਸਾਡੇ ਨਾਲ, ਉਹਨਾਂ ਦਾ ਜ਼ਿਆਦਾ ਵਧੀਆ ਜੋਸ਼ ਹੈ, ਵਧੀਆ ਗਲੇ ਆ, ਉਹ ਸਾਡੇ ਨਾਲੋਂ ਵਧੀਆ ਗਾ ਰਹੇ ਨੇ, ਜਿਹੜੇ ਸਾਡੇ ਤੋਂ ਪਹਿਲਾਂ ਸੀ ਉਹ ਵੀ ਸਾਡੇ ਨਾਲੋਂ ਵਧੀਆ ਗਾ ਰਹੇ ਸੀ, ਅਤੇ ਬਸ ਅਸੀਂ ਵੀ ਨਾਲ ਨਾਲ ਤੁਰੇ ਜਾਂਦੇ ਹਾਂ ਜੀ। ਬਿਲਕੁਲ ਸ਼ੰਮੀ ਜੀ ਨੇ, ਮੈਡਮ ਕਿੰਨਾ ਕਰ ਮਾਣ ਮਹਿਸੂਸ ਹੋ ਰਿਹਾ ਵਾ, ਕਿਉਂਕਿ 2005 ਦਾ ਗਾਣਾ ਸੀਗਾ ਪਰ ਫੇਮਸ ਪ੍ਰਸਿੱਧ ਕਹਿ ਸਕਦੇ ਪੂਰੇ ਵਰਲਡ ਵਾਈਡ ਫੇਮਸ ਹੋ ਰਿਹਾ, ਯੂਟਿਊਬ ਇੰਸਟਾਗ੍ਰਾਮ 'ਤੇ ਹਰ ਇੱਕ ਜਿਹੜਾ ਸੈਲੀਬ੍ਰਿਟੀ ਹੈ ਤੁਹਾਡੀ ਰੀਲ ਪਾ ਰਿਹਾ, ਕਿੰਨਾ ਕਰ ਮਾਣ ਮਹਿਸੂਸ ਹੋ ਰਿਹਾ? ਬਹੁਤ ਜ਼ਿਆਦਾ ਜੀ, ਬਹੁਤ ਹੀ ਜ਼ਿਆਦਾ, ਪਰ ਬਾਕੀ ਤੁਸੀਂ ਇਹਨਾਂ ਕੋਲੋਂ ਪੁੱਛੋ ਮੇਰੇ ਕੋਲ ਕੋਈ ਸਵਾਲ ਨਹੀਂ। ਸਰ ਹੁਣ ਤਾਂ ਚਲੋ ਆ ਚੁੱਕਾ, ਜੋ ਪੁਰਾਣਾ ਐਲਬਮ ਸੀਗੀ ਉਹ ਵਾਇਰਲ ਹੋ ਰਹੀਆਂ ਵਾ, ਉਹ ਸੁਪਰ ਹਿੱਟ ਜਾ ਰਹੀਆਂ ਵਾ, ਫਿਊਚਰ ਪ੍ਰੋਜੈਕਟ ਕੀ, ਆਉਣ ਵਾਲੇ ਦਿਨਾਂ 'ਤੇ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰੋ, ਕਿਸ ਤਰ੍ਹਾਂ ਤੁਹਾਡੇ ਨਵੇਂ ਨਵੇਂ ਗਾਣੇ ਆ ਰਹੇ? ਬਿਲਕੁਲ ਜੀ, ਨਵੀਆਂ ਰਿਕਾਰਡਿੰਗਾਂ ਮਹੀਨਾ ਪਹਿਲਾਂ, 2 ਮਹੀਨੇ ਪਹਿਲਾਂ ਨਵੀਆਂ ਰਿਕਾਰਡਿੰਗਾਂ ਹੋ ਚੁੱਕੀਆਂ ਨੇ, ਨਵੀਂ ਡਿਊਟ ਐਲਬਮ, 2-3 ਐਲਬਮ ਇੰਡੀਆ ਦੀਆਂ ਵੱਡੀਆਂ ਕੰਪਨੀਆਂ ਵੱਲੋਂ ਰਿਕਾਰਡ ਪਈਆਂ ਨੇ, ਬਸ ਰਿਲੀਜ਼ 'ਤੇ ਪਈਆਂ ਨੇ, ਸਗੋਂ ਆਹ ਜਿਹੜਾ ਵਿੱਚ ਸੋਸ਼ਲ ਮੀਡੀਆ 'ਤੇ ਨਵਾਂ ਆ ਜਿਹੜਾ ਹੁਣ ਜਿਹੜੀ ਸਰੋਤਿਆਂ ਨੇ ਪਿਆਰ ਦਿੱਤਾ, ਇਹਦਾ ਕਰਕੇ ਸਗੋਂ ਕੰਪਨੀਆਂ ਥੋੜ੍ਹਾ ਕਈ ਵਾਰੀ ਰੁਕ ਵੀ ਜਾਂਦੀਆਂ, ਵੀ ਥੋੜ੍ਹਾ ਜਿਹਾ ਉਹ ਅੱਗੋਂ ਮਾਰਕੀਟ ਦਾ ਵੀ ਇਹਨੂੰ ਕਿੱਦਾਂ ਰਿਲੀਜ਼ ਕਰੀਏ, ਇਹਨੂੰ ਕਿੱਦਾਂ ਰਿਲੀਜ਼ ਕਰੀਏ, ਇਹਦਾ ਨਾਂ ਕੀ ਰੱਖੀਏ, ਹੁਣ ਇਹਦੇ ਅੱਗੋਂ ਜੇ ਪਹਿਲਾਂ ਵੀਡੀਓ ਕੀਤੇ ਨੇ, ਨਹੀਂ ਯਾਰ ਹੁਣ ਥੋੜ੍ਹੇ ਹੋਰ ਵਧੀਆ ਬਣਾਓ, ਇੱਦਾਂ ਕਰਕੇ ਇਹ 1-2 ਮਹੀਨੇ ਪਹਿਲਾਂ ਦੇ ਪੰਜਾਬੀ ਡਿਊਟ ਪ੍ਰੋਜੈਕਟ ਵੀ ਰਿਕਾਰਡ ਨੇ, ਗੁਰਸਿੱਖੀ ਦੇ ਪ੍ਰੋਜੈਕਟ ਵੀ ਰਿਕਾਰਡ ਨੇ, ਅਤੇ ਮਹਾਰਾਣੀ ਦੀਆਂ ਭੇਟਾਂ ਵੀ ਰਿਕਾਰਡ ਨੇ, ਬਸ ਉਹ ਤੋਂ ਥੋੜ੍ਹੇ 10-20 ਦਿਨਾਂ ਦੇ ਵਿੱਚ ਰਿਲੀਜ਼ ਹੋ ਰਿਹਾ। ਔਫਰ ਵੀ ਆ ਰਿਹਾ ਕੋਈ ਵੱਡਾ, ਕੋਈ ਔਫਰ ਕੋਈ ਫਿਲਮ ਦੇ, ਕੋਈ ਗਾਣਾ ਗਾਉਣ ਦਾ, ਜਾਂ ਕਿਹੜੇ ਵੱਡੇ ਮਿਊਜ਼ਿਕ ਇੰਡਸਟਰੀ ਕੋਈ? ਇਹਨੂੰ ਵੱਡਾ ਹੋਰ ਕੀ ਹੋਏਗਾ ਜੀ, ਸਾਗਰ ਦੀ ਵਹੁਟੀ ਤੋਂ ਵੱਡਾ ਤਾਂ ਇਸ ਧਰਤੀ 'ਤੇ ਇਸ ਮਾਤ ਲੋਕ 'ਤੇ ਕੁਛ ਨਹੀਂ ਹੋ ਸਕਦਾ, ਉਹ ਫਿਰ ਬੰਦੇ ਦੀ ਅਵਿਸ਼ ਤਾਂ ਵੱਧ ਨਹੀਂ ਦੀ ਵੱਧਦੀ ਆ, ਉਹ ਤਾਂ ਫਿਰ ਹਟਦੀ ਨਹੀਂ ਆ ਜੀ, ਜਿੰਨੀ ਕੁ ਅਵਿਸ਼ ਗਾਂ 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 ਉਹ ਬੰਦਾ ਤਾਂ ਫਿਰ ਉਹ ਤਾਂ ਰੱਜਦਾ ਹੀ ਨਹੀਂ, ਇਸ ਤੋਂ ਵੱਡਾ ਹੋਰ ਸਾਡੇ ਲਈ ਕੀ ਹੋ ਸਕਦਾ? ਤਾਂ ਸਰ ਕਿਸੇ ਕੋਈ ਵੱਡਾ ਜਿਹੜਾ ਮਿਊਜ਼ਿਕ ਆਰਟਿਸਟ ਸੀਗਾ, ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ, ਕਦੇ ਗੱਲਬਾਤ ਫੋਨ 'ਤੇ ਕੀਤੀ ਜਦੋਂ ਇਸ ਤਰ੍ਹਾਂ ਵਾਇਰਲ ਹੋਏ? ਸਰ ਤੁਸੀਂ ਆਏ ਹੋ, ਇਹਦੋਂ ਵੱਡੇ ਹੋਰ ਕਿੰਨੇ ਕਹੋਗੇ ਤੁਹਾਡੇ ਤੋਂ, ਇਹ ਪੱਤਰਕਾਰ, ਇਹ ਮੀਡੀਆ ਹੈ ਨਾ, ਇਹ ਸਾਡੇ ਇਹ ਰੱਬ ਲੋਕ ਨੇ, ਇਹ ਸਾਡੇ ਛੋਟੇ ਛੋਟੇ ਬੱਚੇ ਸਿੰਗਰ ਜਿਹੜੇ ਹੁੰਦੇ ਆ, ਉਹਨਾਂ ਨੂੰ ਰਾਤੋਂ ਰਾਤ ਤੁਸੀਂ ਸਟਾਰ ਬਣਾ ਦਿੰਦੇ ਹੋ, ਤੁਹਾਡੇ ਤੁਸੀਂ ਤਾਂ ਰੱਬ ਦਾ ਦੂਜਾ ਰੂਪ ਹੋ, ਇਹਦੋਂ ਵੱਡਾ ਹੋਰ ਕਿਹੜਾ ਆਏਗਾ ਜੀ ਸਾਡੇ ਕੋਲ? ਥੈਂਕ ਯੂ ਜੀ। ਸੋ ਬਿਲਕੁਲ ਸਾਗਰ ਦੀ ਵੋਟੀ ਲੈ ਇੰਡੀਕਾ ਚਲਾ ਦੀ ਜਿਹੜੀ ਜੋੜੀ ਨਾਲ ਅਸੀਂ ਗੱਲਬਾਤ ਕੀਤੀ ਸੀਗਾ, ਤਾਂ ਇਹ ਕਿਤੇ ਨਾ ਕਿਤੇ 2005 'ਤੇ ਗਾਣਾ ਆਇਆ ਸੀਗਾ, ਪਰ ਹੁਣ ਇਹ ਜਿਹੜਾ ਗਾਣਾ ਪੂਰਾ ਵਰਲਡ ਵਾਈਡ ਫੇਮਸ ਹੋ ਰਿਹਾ, ਹਰ ਇੱਕ ਜਿਹੜਾ ਸੈਲੀਬ੍ਰਿਟੀ ਆ ਉਹ ਰੀਲ ਪਾ ਰਿਹਾ, ਪੰਜਾਬੀ ਜਿਹੜਾ ਰੀਲ ਪਾ ਰਿਹਾ, ਤਾਂ ਅਸੀਂ ਗੱਲਬਾਤ ਕੀਤੀ, ਉਹਨੂੰ ਦੱਸਿਆ ਸੀਗਾ ਕੀ ਫਿਊਚਰ ਪ੍ਰੋਡਕਟਸ ਹੈਗੇ ਆ, ਫਿਊਚਰ ਜਿਹੜੇ ਉਹਨਾਂ ਦੀ ਕੰਮ ਹੈ, ਤੁਹਾਨੂੰ ਦੱਸਿਆ ਕਿ ਗਾਣੇ ਜਿਹੜੇ ਲਗਾਤਾਰ ਆਉਣਗੇ, ਅਤੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਕਿਉਂਕਿ ਲਗਾਤਾਰ ਪੰਜਾਬ ਦੀ ਜਨਤਾ ਉਹਨੂੰ ਪਸੰਦ ਕਰ ਰਹੀ ਹੈ, ਤਾਂ ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੀ ਜਨਤਾ ਦਾ ਵੀ ਧੰਨਵਾਦ ਵੀ ਕੀਤਾ। ਕੈਮਰਾਮੈਨ ਦਲੀਪ ਦੇ ਨਾਲ ਪਰੇਸ਼ ਸ਼ਰਮਾ, ਜ਼ੀ ਮੀਡੀਆ ਅੰਮ੍ਰਿਤਸਰ।